ਪਿਛਲੇ ਕਾਫੀ ਲੰਬੇ ਅਰਸੇ ਤੋਂ ਖਾਸ ਤੌਰ 'ਤੇ ਬਾਰਡਰ ਜਿਹੜਾ ਏਰੀਆ ਪੰਜਾਬ ਦਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਹੈ ਇੱਕ ਮੂਵਮੈਂਟ ਚੱਲ ਰਹੀ ਹੈ ਮਸ਼ੀਨਰੀ ਖਾਸ ਤੌਰ 'ਤੇ ਜਿਹੜੇ ਚਰਚ ਨੇ ਉਹਨਾਂ ਵੱਲੋਂ ਕਿ ਲਾਲਚ ਦੇ ਨਾਲ ਜਾਂ ਗੁੰਮਰਾਹ ਕਰਕੇ ਭੋਲੇ ਭਾਲੇ ਲੋਕਾਂ ਦਾ ਕਨਵਰਜ਼ਨ ਜਿਹੜਾ ਕਰਵਾਇਆ ਜਾ ਰਿਹਾ। ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਨਵਰਜ਼ਨ ਦੇ ਮਸਲੇ ਨੂੰ ਰੋਕਣ ਵਾਸਤੇ ਔਰ ਇਹ ਜਿਹੜਾ ਇੱਕ ਕਿਸਮ ਦਾ ਮੈਂ ਸਮਝਦਾ ਸਿੱਖ ਧਰਮ ਦੇ ਉੱਤੇ ਹਮਲਾ ਹੋ ਰਿਹਾ ਬਹੁਤ ਹੀ ਕੁਝ ਢੰਗ ਦੇ ਨਾਲ। ਕਿਸੇ ਧਰਮ ਜਿਹੜਾ ਹੁੰਦਾ ਹੈ ਇਹ ਮਨੁੱਖ ਦੀ ਆਤਮਾ ਦਾ ਮਾਮਲਾ ਹੁੰਦਾ ਹੈ, ਫੋਰਸਲੀ ਜਾਂ ਲਾਲਚ ਦੇ ਨਾਲ ਕਿਸੇ ਦਾ ਕਨਵਰਜ਼ਨ ਕਰਾਉਣਾ ਜਿਹੜਾ ਹੈ ਇਹ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮੁਹਿੰਮ ਚਲਾਈ ਹੈ ਘਰ ਘਰ ਅੰਦਰ ਧਰਮਸਾਲ, ਇਹਨੂੰ ਜਿਹੜਾ ਹੈ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਹੋਰ ਬਲ ਜਿਹੜਾ ਹੈ ਦੇਣ, ਆਪਣਾ ਸਹਿਯੋਗ ਦੇ ਕੇ, ਤਾਂ ਜੋ ਅਸੀਂ ਇਹ ਜਿਹੜੀ ਸਮੱਸਿਆ ਸਾਡੇ ਸਾਹਮਣੇ ਜਿਹੜੀ ਹੈ ਇੱਕ ਬਹੁਤ ਭਿਅੰਕਰ ਰੂਪ ਧਾਰਨ ਕਰਕੇ ਖੜੋਤੀ ਹੈ ਕਨਵਰਜ਼ਨ ਦੀ, ਅਤੇ ਇਸ ਨੂੰ ਅਸੀਂ ਜਿਹੜਾ ਹੈ ਉਹ ਮਾਮਲੇ ਨੂੰ ਜਿਹੜਾ ਹੱਲ ਕਰ ਸਕੀਏ, ਇਹਦਾ ਮੁਕਾਬਲਾ ਕਰ ਸਕੀਏ, ਇਹ ਬੜਾ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮੌਕੇ ਦੇ ਉੱਤੇ ਇੱਕ ਮੁਹਿੰਮ ਚਲਾਉਣਾ ਜ਼ਬਰਦਸਤ, ਇਹ ਮੈਂ ਸਮਝਦਾ ਸ਼ਲਾਘਾਯੋਗ ਉਪਰਾਲਾ, ਇਹ ਹੋਣਾ ਵੀ ਚਾਹੀਦਾ ਸੀ। ਚੌਕੀ ਚਲਾਈ ਜਾਊਗੀ ਸਾਰੇ ਪੰਜਾਬ 'ਚ? ਇਹ ਆਲ ਪੰਜਾਬ ਹੀ ਨਹੀਂ ਬਲਕਿ ਆਲ ਭਾਰਤ ਦੇ ਵਿੱਚ ਹੀ ਚਲਾਉਣ ਦੀ ਮੇਰੇ ਖਿਆਲ ਤਜਵੀਜ਼ ਹੈ, ਪਰ ਫਿਲਹਾਲ ਉਹਨਾਂ ਇਲਾਕਿਆਂ ਦੇ ਵਿੱਚ ਫੋਕਸ ਕੀਤਾ ਜਾ ਰਿਹਾ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਕਨਵਰਜ਼ਨ ਤੋਂ।